हेलो, गुड मॉर्निंग फ्रेंड्स। इतने जाप सुता हुआ है। अज तुहानू दिखाने साडा सुबह दा रूटीन। पिंडां दे विच चाह बाद विच पीती जांदी है। तो सब तो पहला मज्जां नू चारा पाया जाता है। तो इधर डैडी मज्जां नू चारा पा रहे हैं। डैडी मज्जां नू नीरा पाई जांदी है। ये आपां मज्जां दा चारा तूड़ी जमा करके रखी हुई है। ये सारी अपनी मज्जां दी जगह है। इत्थे आपां मज्जां वांदे हैं। इधर मम्मी सुबह सुबह नहा ले है ते चाह गर्म करी जांदे आप दी। चाह पी के फिर ये पाठ करनगे। मम्मी ने चाह पी ली है ते इधर माँ बापू जी की मैं चाह पा ली है, मेरे दादा दादी जी। ते हुण उन्हां मैं सुबह सुबह पहला सब तो चाह दे के आनी हुई है। तो मैं तुहानू दिखाउनी है भी वह कित्थे रहिंदे है। ते ओ अपने ओ वाली साइड ओ कमरे च रहिंदे आ। ते उत्थे मैं चाह बना के आऊंगी पहला। बापू जी चाह, माँ जी चाह पी लो। हाँ जी, माँ जी ते बापू जी नूं चाह देती है। हुण आपां अगला काम करांगे। माँ बापू जी नूं चाह फड़ाउण तों बाद फिर मैं मधाणी लाउण लगी हां। ਹੁਣ ਅਸੀਂ ਕੁੱਕੜ ਛੱਡਣ ਜਾਂਦੇ ਹਾਂ ਕਿਉਂਕਿ ਆਪਾਂ ਇਸ ਟਾਈਮ ਰਾਤ ਨੂੰ ਕੁੱਕੜ ਬੰਦ ਕਰ। ਇਹ ਦੇਖ ਸਕਦੇ ਹੋ ਮੁਰਗੇ ਅਤੇ ਮੁਰਗੀਆਂ ਆਪਾਂ ਇੱਥੇ ਰੱਖੇ ਹੋਏ ਆ। ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢਣਾ। ਇਕੱਲੇ ਕੁੱਕੜ ਕੁੱਕੜ ਕੱਢਾਂਗੇ। ले मैनू कढ़ा दे। चलो चलो
ਸਾਰੀਆਂ ਮੁਰਗੀਆਂ ਆਪਾਂ ਕੱਢ ਦਿੱਤੀਆਂ। ਹੁਣ ਆਪਾਂ ਇੱਧਰਲੀ ਸਾਈਡ ਇਹਨਾਂ ਨੂੰ ਇਸ ਦੇ ਵਿੱਚ ਤਾੜਨਾ। ਹੁਣ ਸਾਰਾ ਦਿਨ ਇਹ ਇੱਥੇ ਰਹਿਣਗੇ। ਸਾਰੇ ਭੱਜ ਗਏ ਉੱਧਰ, ਹੁਣ ਉੱਧਰ ਲੈ ਕੇ ਆਉਣੇ ਪੈਣਗੇ। ਇਹ ਆਪਾਂ ਸਾਰੇ ਤਾੜਤੇ ਇੱਧਰ, ਹੁਣ ਸਾਰਾ ਦਿਨ ਇਹ ਇੱਧਰ ਹੀ ਰਹਿਣਗੇ। ਇਹ ਆਪਾਂ ਦੁਪਹਿਰ ਵਾਸਤੇ ਇਹਨਾਂ ਵਾਸਤੇ ਜਗ੍ਹਾ ਬਣਾਈ ਹੋਈ ਹੈ, ਰਾਤ ਨੂੰ ਆਪਾਂ ਉੱਧਰ ਤਾੜ ਦਿੰਦੇ ਹਾਂ। ਇਹ ਆਪਣੀ ਹੈ ਨਾ, ਅਤੇ ਹੁਣ ਆਪਾਂ ਇਹਨੂੰ ਬਾਹਰ ਲੈ ਕੇ ਚੱਲਾਂਗੇ ਪਹਿਲਾਂ। ਖੜੇ ਆ ਨਾ, ਓਹੋ ਲੱਤ ਨਾ ਫਸਾਲੀ। ਚਲੋ ਆ ਜਾਓ ਐਨਾ। ਹਰ ਰੋਜ਼ ਸੁਬਹਾ ਸੁਬਹਾ ਆਪਾਂ ਇਹਨਾਂ ਨੂੰ ਘੁਮਾਉਣ ਲਈ ਲੈ ਕੇ ਜਾਂਦੇ ਹਾਂ। ਕਦੇ ਵੀ ਆਪਣੇ ਏਰੀਏ ਦੇ ਵਿੱਚ ਹੋਰ ਡੋਗਸ ਨੂੰ ਪਸੰਦ ਨਹੀਂ ਕਰਦੀ, ਤਾਂ ਕਰਕੇ ਉਹਨਾਂ ਨੂੰ ਭਜਾ ਕੇ ਆ ਰਹੀ ਆ। ਉਹ ਦੇਖੋ ਇੰਨੀ ਦੂਰ ਭਜਾਇਆ ਆ ਹੈ ਨਾ। ਭਜਾ ਕੇ ਲਿਜਾਣਾ ਪੈਂਦਾ ਕਿਉਂਕਿ ਉਦੋਂ ਬਾਅਦ ਬਾਹਰਲੇ ਡੋਗਸ ਆ ਜਾਂਦੇ ਆ ਹੋਰ, ਅਤੇ ਫਿਰ ਇਸ ਵੇਲੇ ਸੁਬਹਾ ਇਹਨੂੰ ਪੂਰਾ ਭਜਾ ਕੇ ਲੈ ਕੇ ਜਾਈਦਾ। ਇਹ ਸਾਡੇ ਫਾਰਮ ਦੇ ਵਿੱਚ ਅਸੀਂ ਪੂਰਾ ਭਜਾਉਂਦੇ ਹਾਂ ਇਹਨੂੰ। ਹੁਣ ਤਾਂ ਕਣਕ ਵੀ ਕੱਟੀ ਗਈ ਹੈ, ਹੁਣ ਤਾਂ ਹੋਰ ਵੀ ਸੌਖਾ ਹੋ ਗਿਆ ਇਹਨਾਂ ਨੂੰ ਭਜਾਉਣਾ। ਨਹੀਂ ਪਹੀ 'ਤੇ ਭਜਾ ਕੇ ਲਿਆਉਣੇ ਹੁੰਦੇ ਆ। ਆ ਜਾਓ ਇਹਨੂੰ। ਦੇਖੋ ਘਰ ਤੋਂ ਇੰਨੀ ਦੂਰ ਆ ਗਏ ਆਪਾਂ, ਇਹ ਆਪਣਾ ਘਰ ਆ, ਦਮ ਚੜ ਗਿਆ। ਚਲੋ ਇਹ ਨਾ, ਹੁਣ ਆਪਾਂ ਘਰ ਕੋਲ ਆ ਗਏ, ਹੁਣ ਵਾਪਸ ਚੱਲਦੇ ਹਾਂ। ਚਲੋ ਇਹ ਨਾ,
ਇਹਨਾਂ ਨੂੰ ਬੜੀ ਮੁਸ਼ਕਿਲ ਦੇ ਨਾਲ ਉਹ ਬਾਹਰੋਂ ਲੈ ਕੇ ਆਉਂਦਾ। ਇੱਧਰ ਜਾਪ ਵੀ ਉੱਠ ਗਿਆ। ਕੀ ਖਾਈ ਇਹਨੇ ਪੁੱਤ? ਮਿਸ਼ਰੀ ਖਾਂਦਾ ਜੀ? ਅਜੇ ਜਾਪ ਦਾ ਮੂਡ ਨਹੀਂ ਬਣਿਆ, ਜਾਪ ਰੋਈ ਜਾਂਦਾ। ਓ ਜਾਪ ਦਾ ਦੁੱਧ ਠੰਡਾ ਹੋ ਰਿਹਾ ਹੈ। ਜਾਪ ਜਲਦੀ ਜਲਦੀ ਵੱਡਾ ਹੋ ਜਾਊਗਾ ਦੁੱਧ ਪੀ ਕੇ। ਪੀ ਲਓ ਪੁੱਤ। ਨਹੀਂ ਠੰਡਾ ਹੈ, ਠੰਡਾ। ਵੈਰੀ ਗੁੱਡ। ਜਪ ਜਲਦੀ ਜਲਦੀ ਦੁੱਧ ਪੀ ਕੇ ਵੱਡਾ ਹੋ ਜਾਊਗਾ।